ਇਹ ਮੰਨਣਯੋਗ ਨਹੀਂ ਪਰ ਤੁਸੀਂ ਅਸਲ ਵਿੱਚ ਇੱਕ ਚਕੌਰ ਕਾਗਜ਼ ਨੂੰ ਮੋੜ ਕੇ ਸਿਲੰਡਰ ਦੇ ਆਕਾਰ ਬਣਾ ਸਕਦੇ ਹੋ। ਪਹਿਲਾਂ ਇੱਕ ਚਕੌਰ ਨੂੰ 3 ਬਰਾਬਰ ਹਿੱਸਿਆਂ ਵਿੱਚ ਮੋੜਦੇ ਹੋਏ ਜ਼ੈੱਡ ਆਕਾਰ ਦਾ ਸਪਰਿੰਗ ਬਣਾਓ। ਹੁਣ ਇਸ ਚਕੌਰ ਨੂੰ ਉੱਪਰੋਂ ਥੱਲੇ ਵੱਲ 8 ਬਰਾਬਰ ਹਿੱਸਿਆਂ ਵਿੱਚ ਮੋੜੋ। ਪਹਿਲਾਂ ਮੱਧ ਤੋਂ ਮੋੜੋ, ਫਿਰ 1/4 ਅਤੇ ਫਿਰ 1/8। ਹੁਣ ਚਕੌਰ ਨੂੰ ਖੋਲ੍ਹੋ ਅਤੇ ਹੁਣ 8 ਡਾਇਗਨਲ ਲਾਈਨਾਂ ਖਿੱਚੋ ਸਿਰਫ ਮੱਧ ਵਾਲੀ ਫੱਟੀ 'ਤੇ, ਫਿਰ 1 ਪਲਾਸਟਿਕ ਦੇ ਫੁੱਟੇ ਨਾਲ 8 ਡਾਇਗਨਲਸ 'ਤੇ ਤਿੱਖੀ ਕਰੀਜ਼ਾਂ ਬਣਾਓ। ਇਹ ਹੁਣ ਇਸ ਦਾ ਪਿਛਲਾ ਪਾਸਾ ਹੋਵੇਗਾ। ਹੁਣ ਇਸ ਦੇ ਉੱਪਰ ਅਤੇ ਨੀਚੇ ਦੇ ਕੋਨੇ ਪਕੜੋ ਅਤੇ ਆਰਾਮ ਨਾਲ ਪੇਪਰ ਨੂੰ ਮੋੜੋ। ਤੁਸੀਂ ਇਹ ਦੇਖ ਕੇ ਹੈਰਾਨ ਹੋਵੋਗੇ ਕਿ ਮੱਧ ਮੋੜ ਕੇ ਗੋਲਾ ਅਤੇ ਕਾਗਜ਼ ਸਿਲੰਡਰ ਦੇ ਆਕਾਰ ਵਿੱਚ ਮੁੜੇਗਾ। ਇਹ ਮਾਡਲ ਆਸਾਨੀ ਨਾਲ ਸਪਾਇਰਲ ਪੌੜੀਆਂ ਵਿੱਚ ਬਦਲ ਜਾਵੇਗਾ। ਇਹ ਜਾਦੂ ਇੱਕ ਵਾਰ ਫਿਰ ਦੇਖੋ। ਤੁਸੀਂ ਇਸ ਸਿਲੰਡਰ ਦਾ ਨਜ਼ਾਰਾ ਬਾਹਰੋਂ ਅਤੇ ਅੰਦਰੋਂ ਦੋਨੋਂ ਪਾਸਿਆਂ ਦੇਖ ਸਕਦੇ ਹੋ। ਇਹ ਬਹੁਤ ਹੀ ਸੁੰਦਰ ਸਿਲੰਡਰੀਕਲ ਡੱਬਾ ਬਣੇਗਾ ਜਿਸ ਵਿੱਚ ਤੁਸੀਂ ਛੋਟੇ ਮੋਤੀ ਅਤੇ ਬਟਨ ਆਦਿ ਰੱਖ ਸਕਦੇ ਹੋ।